ਮੇਰਾ ਐਡਵੋਕੇਟ ਪਵਿੱਤਰਦੀਪ ਸਿੰਘ ਲਵਾਣਾ, ਕੌਂਸਲਰ ਵਾਰਡ ਨੰਬਰ 24। ਦੇਖੋ, ਪਹਿਲੀ ਗੱਲ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਤੁਸੀਂ ਗੱਲ ਕੀਤੀ, ਉਹ ਤਾਂ ਪ੍ਰੈਸ ਨੋਟਾਂ ਦੇ ਵਿੱਚ ਹੀ ਰਹਿ ਜਾਂਦਾ ਵੀ ਜਿਹੜੀ ਅਸੀਂ ਬਰਸਾਤੀ ਨਾਲਿਆਂ ਦੀ ਜਿਹੜੀ ਆ ਉਹ ਸਫਾਈ ਕੀਤੀ ਹੈ, ਵੱਡੇ ਵੱਡੇ PRO ਵੱਲੋਂ, DPR ਆਫਿਸ ਵੱਲੋਂ ਜਿਹੜੇ ਵੱਡੇ ਵੱਡੇ ਪ੍ਰੈਸ ਨੋਟ ਛਪ ਕੇ ਜਾਂਦੇ, ਬਟ ਉਹ ਸਿਰਫ ਜਿਹੜੇ ਸੀਮਿਤ ਹੈ ਨਿਊਜ਼ਪੇਪਰਾਂ ਤੱਕ ਹੀ ਸੀਮਿਤ ਹੈਗੇ। ਜੇ ਤੁਸੀਂ ਅੱਜ ਦੀ ਰਿਐਲਿਟੀ ਦੇਖ ਲਓ, ਮੇਰੇ ਸੁਣਨ ਦੇ ਵਿੱਚ ਆਇਆ ਵੀ ਕਿਸੇ ਅੱਜ ਕਮਿਸ਼ਨਰ ਮੈਡਮ ਨੇ ਗੱਲ ਕੀਤੀ ਹੋਣੀ ਹੈ ਵੀ ਜਿਹੜੀ ਇਲੈਕਸ਼ਨਸ ਦੇ ਕਰਕੇ ਜਿਹੜਾ ਆ PRK ਸੀ ਉਹ ਜਿਹੜਾ ਨਹੀਂ ਕਰ ਸਕੇ, ਬਟ ਜੋ ਮੈਂ ਸਾਰਿਆਂ ਦੀ ਨੌਲੇਜ ਦੇ ਵਿੱਚ ਵਾਧਾ ਕਰਦਾ ਵਾਂ ਵੀ ਜਿਹੜੇ ਰਨਿੰਗ ਕੰਮ ਜਿਹੜੇ ਚੱਲਦੇ ਪਏ ਆ ਉਹਨਾਂ ਨੂੰ ਆਪਾਂ ਕਰ ਸਕਦੇ ਹਾਂ। ਇਹਦੇ ਨਾਲ ਇਲੈਕਸ਼ਨ ਕੋਡ ਦਾ ਕੋਈ ਲੈਣਾ ਦੇਣਾ ਨਹੀਂ ਸੀ, ਸਿਰਫ ਇੱਕ ਨੀਅਤ ਖੋਟੀ ਆ ਵੀ ਅਸੀਂ ਕੰਮ ਨਹੀਂ ਕਰਨਾ। ਬੇਸਿਕਲੀ ਮੇਨ ਗੱਲ ਇਹ ਆ, ਤੁਸੀਂ ਟਾਂਡਾ ਰੋਡ 'ਤੇ ਚੱਲ ਜਾਓ, ਅਸੀਂ ਹੋਰ ਕੋਈ ਗੱਲ ਨਹੀਂ ਕਰਨੀ। ਟਾਂਡਾ ਰੋਡ 'ਤੇ ਚੱਲ ਜਾਓ ਤੁਸੀਂ, ਟਾਂਡਾ ਰੋਡ ਦੇ ਉੱਤੇ ਥੋੜ੍ਹੀਆਂ ਬਹੁਤ ਇਨਕਰੋਚਮੈਂਟਸ ਹੀ ਹੋ ਗਈਆਂ, ਜਿਹੜਾ ਉਹ ਕੰਮ ਹੈਗਾ ਉਹਦੇ ਉੱਤੇ ਲੋਕਾਂ ਨੇ ਬੋਰਡਸ ਰੱਖ ਲਏ ਆ, ਉਹ ਤਾਂ ਮਤਲਬ ਇਨਕਰੋਚਮੈਂਟਸ ਹੀ ਲੋਕਾਂ ਨੇ ਕਰ ਲਈਆਂ ਉਹਦੇ ਉੱਤੇ। ਤੁਸੀਂ ਮੇਰੇ ਹਿਸਾਬ ਦੇ ਨਾਲ ਬਹੁਤ ਹੀ ਨਹੀਂ, ਆਪਾਂ ਗੱਲ ਕਰੀਏ ਪਿਛਲੇ 10 ਕੁ ਸਾਲਾਂ ਤੋਂ ਅੱਜ ਤੱਕ ਇੱਕ ਵਾਰੀ ਵੀ ਨਹੀਂ ਸਫਾਈ ਹੋਈ ਹੋਣੀ ਉੱਥੇ। ਸੋ ਇਹ ਸਿਰਫ ਹਵਾਈ ਗੱਲਾਂ ਆ ਵੀ ਸਫਾਈ ਕਰ ਦਾਂਗੇ, ਅਸੀਂ ਇਹ ਕਰ ਦੇਵਾਂਗੇ, ਵੋ ਕਰ ਦੇਵਾਂਗੇ। ਆਉਣ ਵਾਲੇ ਦਿਨਾਂ 'ਚ ਪ੍ਰਸ਼ਾਸਨ ਨੇ 4 ਕੁ ਫੋਟੋਆਂ ਖਿੱਚ ਕੇ ਪਾਣੀਆਂ, ਲੋਕਾਂ ਦੀਆਂ ਅੱਖਾਂ 'ਚ ਜਿਹੜੀ ਹੈ ਮਿੱਟੀ ਪਾਉਣ ਵਾਲਾ ਕੰਮ ਕਰਦੇ ਪਏ ਆ। ਪਵਿੱਤਰ ਜੀ, ਤੁਸੀਂ ਐਡਵੋਕੇਟ ਵੀ ਹੋ, ਤੁਸੀਂ ਕਾਰਪੋਰੇਸ਼ਨ ਦਫ਼ਤਰ ਜਾਂਦੇ ਹੋ, ਉੱਥੇ ਦੇ ਆਫਿਸਰਸ ਦੇ ਨਾਲ, ਉੱਥੇ ਦੇ ਸਾਰੇ ਤੁਸੀਂ ਦਾਰੋਮਦਾਰ ਜਿਹੜਾ ਉਹ ਤੋਂ ਚੰਗੀ ਤਰ੍ਹਾਂ ਜਾਣੂ ਹੋ, ਇਹ ਕੀ ਲੱਗਦਾ ਕਿ ਹਰ ਸਾਲ ਇਹ ਨਾਲਿਆਂ ਦੀ ਸਫਾਈ ਦੇ ਲਈ ਤੁਸੀਂ ਕਹਿੰਦੇ ਪ੍ਰੈਸ ਨੋਟ ਜਾਰੀ ਹੁੰਦੇ ਆ, ਦਾਅਵੇ ਵਾਅਦੇ ਕੀਤੇ ਜਾਂਦੇ ਆ, ਫੋਟੋਆਂ ਖਿੱਚੀਆਂ ਜਾਂਦੀਆਂ ਆ, ਪਰ ਹੁੰਦਾ ਨਹੀਂ, ਫਿਰ ਉਹ ਜਿਹੜਾ ਉਹਦੇ ਲਈ ਫੰਡਸ ਨੇ, ਉਹਦੇ ਲਈ ਪੈਸਾ ਜਿਹੜਾ ਆ ਉਹ ਕਿੱਥੇ ਜਾਂਦਾ, ਕੀ ਲੱਗਦਾ? ਦੇਖੋ, ਜਿਹੜੇ ਫੰਡਸ ਦੇ ਜੋ ਵੀ ਦੇਖੋ, ਇਹ ਐਕਚੁਲੀ ਇੱਦਾਂ ਹੁੰਦਾ ਇਹਨਾਂ ਦੀ ਟੈਂਡਰਿੰਗ ਹੁੰਦੀ ਆ, ਹਾਊਸ ਦੇ ਵਿੱਚ ਮਤਾ ਆਉਂਦਾ, ਮੈਜੋਰਿਟੀ 'ਚ ਮਤਾ ਪਾਸ ਹੁੰਦਾ, ਫਿਰ ਉਹਦਾ ਕੰਮ ਕਿਸੇ ਠੇਕੇਦਾਰ ਨੂੰ ਅਲੋਟ ਹੁੰਦਾ। ਉਹ ਕੰਮ ਹੁੰਦਾ ਕਿ ਨਹੀਂ ਹੁੰਦਾ ਇਹ ਡਿਪੈਂਡ ਕਰਦਾ ਗੌਰਮੈਂਟ ਦੀਆਂ ਜਿਹੜੀਆਂ ਆਪਾਂ ਕਹਿ ਸਕਦੇ ਵੀ ਜਿਹੜੀਆਂ ਉਹਨਾਂ ਦੀ ਬਾਡੀਜ਼ ਹੈਗੀਆਂ, ਉਹਨਾਂ ਨੂੰ ਆ ਕੇ ਚੈੱਕ ਕਰਨਾ ਚਾਹੀਦਾ, ਸੁਪਰਵਾਈਜ਼ਿੰਗ ਕਰਨੀ ਚਾਹੀਦੀ ਹੈ, ਇਹਨਾਂ ਚੀਜ਼ਾਂ ਦੇ ਆਡਿਟ ਹੋਣੇ ਚਾਹੀਦੇ ਆ ਵੀ ਜਿਹੜੇ ਉਹ ਕੰਮ ਵਾਕਿਆ ਹੋਏ ਵੀ ਹੈ ਕਿ ਨਹੀਂ। ਚਲੋ, ਅਸੀਂ ਪੋਲੀਟੀਕਲ ਲੋਕ ਕਹਿ ਸਕਦੇ ਹਾਂ ਵੀ ਅਸੀਂ ਪੋਲੀਟਿਕਸ ਦੇ ਨਾਲ ਸੰਬੰਧ ਰੱਖਦੇ ਹਾਂ, ਅਸੀਂ ਮਹਿਕਮੇ ਦੇ ਖਿਲਾਫ਼ ਬੋਲਣਾ, ਸਰਕਾਰ ਦੇ ਖਿਲਾਫ਼ ਬੋਲਣਾ, ਪਰ ਇਹਨਾਂ ਨੂੰ ਲੋਕਲ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਦੇ ਆਲੇ ਦੁਆਲੇ ਲੋਕਾਂ ਦੇ ਘਰ ਹੈਗੇ ਆ ਜਾਂ ਜਿਹੜੇ ਬਰਸਾਤੀ ਨਾਲਿਆਂ ਦੇ ਕਰਕੇ ਜਿਹੜੇ ਲੋਕ ਇਹ ਤੋਂ ਸਫ਼ਰ ਹੁੰਦੇ, ਮਤਲਬ ਪ੍ਰਸ਼ਾਸਨ ਨੂੰ ਉਹਨਾਂ ਤੋਂ ਆ ਕੇ ਉਹਨਾਂ ਦੇ ਵਿਊਜ਼ ਲੈ ਲੈਣੇ ਚਾਹੀਦੇ ਵੀ ਆਹ ਕੰਮ ਹੁੰਦੇ ਪਏ ਹੋ ਰਹੇ ਕਿ ਨਹੀਂ ਹੋ ਰਹੇ, ਉਹ ਲੋਕ ਜ਼ਿਆਦਾ ਤੁਹਾਨੂੰ ਇਸ ਬਾਰੇ ਜਾਣੂ ਕਰਵਾ ਸਕਦੇ ਆ। ਦੇਖੋ, ਮੈਂ ਵੀਡੀਓ ਦੀ ਸਟਾਰਟਿੰਗ 'ਚ ਇਹੀ ਗੱਲ ਕਲੀਅਰ ਕਰ ਦਿੱਤੀ ਸੀਗੀ, ਕਈ ਨਾਲਿਆਂ ਦੇ ਉੱਤੇ ਤਾਂ ਸਲੈਬਾਂ ਹੀ ਉੱਡ ਗਈਆਂ, ਰਾਤ ਬਰਾਤੇ ਕਿਤੇ ਸਟਰੀਟ ਲਾਈਟ ਨਹੀਂ ਹੁੰਦੀ, ਕਿਤੇ ਹਨੇਰਾ ਹੁੰਦਾ, ਲਾਈਟ ਗਈ ਹੁੰਦੀ, ਮਿਸਹੈਪਨਿੰਗ ਜਿੱਦਾਂ ਦੀ ਹੁੰਦੀਆਂ, ਲੋਕ ਨਾਲਿਆਂ 'ਚ ਡਿੱਗ ਜਾਂਦੇ। ਬੰਦਿਆਂ ਦੇ ਨਾਲ ਨਾਲ ਜਾਨਵਰ ਤਾਂ ਰੋਜ਼ ਹੀ ਦੇਖਿਆ ਹੋਣਾ ਤੁਸੀਂ, ਜਾਨਵਰ ਵਿੱਚ ਡਿੱਗ ਕੇ ਗਲ ਸਾੜੀ ਜਾਂਦੇ, ਆਲੇ ਦੁਆਲੇ ਜਿਹੜੇ ਘਰਾਂ ਵਾਲੇ ਹੁੰਦੇ, ਦੁਕਾਨਾਂ ਵਾਲੇ ਹੁੰਦੇ, ਉਹਨਾਂ ਨੂੰ ਸਮੈਲ ਦੇ ਨਾਲ ਹੀ ਲੋਕਾਂ ਦਾ ਬੁਰਾ ਹਾਲ ਹੋ ਜਾਂਦਾ। ਅਸੀਂ ਹੁਣੇ ਇੱਦਾਂ ਹੀ ਕੈਮਰਾ ਲੈ ਕੇ ਅਸੀਂ ਟਾਂਡਾ ਰੋਡ 'ਤੇ ਚੱਲ ਜਾਣਾ, ਤੁਸੀਂ ਦੇਖਿਓ ਉਹਨਾਂ ਨਾਲਿਆਂ ਦੇ ਵਿੱਚ ਬਰਸਾਤੀ ਜਿਹੜੇ ਨਾਲੇ ਬਣਾਏ ਆ ਉਹਨਾਂ ਦੇ ਉੱਤੇ ਕਈਆਂ ਦੇ ਉੱਤੇ ਤਾਂ ਸਲੈਬਸ ਹੈ ਨਹੀਂ ਆ, ਮੋਸਟਲੀ ਹੁਣ ਵੀ 4-5 ਜਗ੍ਹਾ ਦੇ ਉੱਤੇ ਅੱਗ ਤੁਹਾਨੂੰ ਜਿਹੜੀ ਅੱਗ ਲੱਗੀ ਹੋਈ ਮਿਲਣੀ ਹੈ। ਸੋ ਮੇਰੀ ਤਾਂ ਇਹੀ ਗੱਲ ਹੈ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਆਡਿਟ ਹੋਣਾ ਚਾਹੀਦਾ, ਕੰਮ ਹੁੰਦਾ ਕਿ ਨਹੀਂ ਹੁੰਦਾ, ਇਲੈਕਸ਼ਨਸ ਆਉਂਦੇ ਜਾਂਦੇ ਰਹਿਣੇ, ਪਰ ਜਿਹੜੇ ਕੰਮ ਰਨਿੰਗ ਹੈਗੇ ਆ ਵੀ ਜਿੱਦਾਂ ਬਰਸਾਤਾਂ ਤੋਂ ਪਹਿਲਾਂ ਇਹਨਾਂ ਚੀਜ਼ਾਂ ਨੂੰ ਆਪਾਂ ਸਮਟਾਈਮਸ ਕੀ ਹੁੰਦਾ ਵੀ ਬਰਸਾਤਾਂ ਕਦੀ ਡਿਲੇ ਹੋ ਜਾਂਦੀਆਂ, ਕਦੇ ਟਾਈਮ ਤੋਂ ਪਹਿਲਾਂ ਆ ਜਾਂਦੀਆਂ, ਰੱਬ ਨਾ ਕਰੇ ਜੀ ਹੁਣ ਟਾਈਮ ਤੋਂ ਪਹਿਲਾਂ ਆ ਜਾਣ, ਫਿਰ ਪ੍ਰਸ਼ਾਸਨ ਕੀ ਕਰੂਗਾ? ਫਿਰ ਇਹਨਾਂ ਨੇ ਕਹਿ ਰਹਿਣਾ ਯਾਰ ਮੌਸਮ ਦੀ ਮਾਰ ਪੈ ਗਈ ਹੈ, ਮੌਸਮ ਅੱਗੇ ਕਿਹੜਾ ਜ਼ੋਰ ਹੈ, ਮੌਸਮ ਇੱਦਾਂ ਹੈ, ਇਹ ਫਿਰ ਇਹਨਾਂ ਨੇ ਗੱਲ ਜਿਹੜੀ ਆ ਉਹ ਨੈਚੁਰਲ ਸੁੱਟ ਦੇਣੀ। ਸੋ ਮੇਰੀ ਤੁਹਾਡੇ ਰਾਹੀਂ ਵੀ ਇਹੀ ਅਪੀਲ ਹੈ ਇਹਨਾਂ ਨੂੰ, ਪ੍ਰਸ਼ਾਸਨ ਨੂੰ, ਵੀ ਜਿਹਨਾਂ ਕੰਮਾਂ ਦੇ ਟੈਂਡਰ ਹੋਏ ਆ, ਜਿਹਨਾਂ ਕੰਮਾਂ ਦੇ ਆਲਰੇਡੀ ਕੰਮ ਅਲੋਟ ਹੋ ਚੁੱਕੇ, ਅਸੀਂ ਉਹਨਾਂ ਨੂੰ ਟਾਈਮ ਤੋਂ ਪਹਿਲਾਂ ਪੂਰੇ ਕਰ ਦਈਏ ਤਾਂ ਜ਼ਿਆਦਾ ਬੈਟਰ ਹੈ। ਸਫਾਈ ਤਾਂ ਮੇਰੇ ਹਿਸਾਬ ਨਾਲ ਤਾਂ ਸਫਾਈ ਕਦੀ ਹੋਈ ਨਹੀਂ, ਹੁੰਦੀ ਵੀ ਹੋਏਗੀ ਪਰ ਉਹ ਸਿਰਫ ਫੋਟੋਆਂ ਤੱਕ ਅਤੇ ਪ੍ਰੈਸ ਨੋਟਾਂ ਤੱਕ ਸੀਮਿਤ ਹੈ। ਜਿਹੜੀ ਹਾਰਸ਼ ਰਿਐਲਿਟੀ, ਜਿਹੜੀ ਗਰਾਊਂਡ ਰਿਐਲਿਟੀ, ਉੱਥੋਂ ਦੇ ਵਸਨੀਕ ਦੱਸ ਸਕਦੇ। ਫਿਰ ਮੈਂ ਉਹੀ ਗੱਲ ਕਹਿ ਰਿਹਾ, ਅਸੀਂ ਲੋਕਾਂ ਨੇ ਕਹਿਣਾ ਇਹ ਪੋਲੀਟੀਸ਼ਨਸ ਹੈ, ਇਹ ਪੋਲੀਟਿਕਸ ਨਾਲ ਸੰਬੰਧ ਰੱਖਦੇ ਆ, ਇਹਨਾਂ ਨੇ ਸਰਕਾਰ ਦੇ ਖਿਲਾਫ਼ ਬੋਲਣਾ ਹੀ ਹੈ, ਪਰ
ਜੇ ਤੁਸੀਂ ਗਰਾਊਂਡ ਰਿਐਲਿਟੀ ਪਤਾ ਕਰਨੀ, ਲੋਕਾਂ ਦੇ ਆਲੇ ਦੁਆਲੇ ਵਿਊਜ਼ ਲੈ ਲਓ, ਚਾਹੇ ਕਮਿਸ਼ਨਰ ਮੈਡਮ ਖੁਦ ਜਾ ਕੇ ਲੈ ਲੈਣ, ਨਾਲ ਡਿਪਾਰਟਮੈਂਟ ਹੋਰ ਚੱਲ ਜਾਵੇ ਕਾਰਪੋਰੇਸ਼ਨ ਦਾ, ਜਾ ਕੇ ਲੋਕਾਂ ਦੇ ਵਿਊ ਲੈਣ, ਪਤਾ ਕਰੋ ਵੀ ਉੱਥੇ ਸਫਾਈ ਹੋਈ ਕਿ ਨਹੀਂ ਹੋਈ ਜੀ। ਦੇਖੋ ਨਾਲਿਆਂ ਦੀ ਸਫਾਈ ਦੀ ਤਾਂ ਆਪਾਂ ਗੱਲ ਦੂਰ ਦੀ ਕਰ ਲਏ, ਬੜੀ ਦੂਰ ਦੀ ਗੱਲ ਹੈ ਨਾਲਿਆਂ ਦੀ ਸਫਾਈ, ਚਲੋ ਉਹ ਤਾਂ ਸਾਲ ਦੇ ਸਾਲ ਕਰਨੀ ਹੁੰਦੀ। ਤੁਸੀਂ ਸ਼ਹਿਰ 'ਚ ਸਫਾਈ ਦੇ ਹਾਲਾਤ ਦੇਖ ਲਓ, ਹੁਸ਼ਿਆਰਪੁਰ ਦੇ ਮੇਜਰ ਮੇਜਰ ਪੁਆਇੰਟਾਂ 'ਤੇ ਚਲ ਜਾਓ, ਤੁਸੀਂ ਜਲੰਧਰ ਐਂਟਰੀ 'ਤੇ ਦੇਖ ਲਓ ਤੁਹਾਨੂੰ ਕੂੜੇ ਦੇ ਢੇਰ ਮਿਲਣੇ, ਹੁਸ਼ਿਆਰਪੁਰ ਸਿਵਲ ਹੋਸਪਿਟਲ ਦੇ ਲਾਗੇ ਤੁਹਾਨੂੰ ਕੂੜਿਆਂ ਦੇ ਢੇਰ ਮਿਲਣੇ, DAV ਕਾਲਜ ਦੇ ਲਾਗੇ ਕੂੜੇ ਦਾ ਢੇਰ ਪਿਆ ਆ। ਸੋ ਇਹ ਜਿਹੜੀਆਂ ਚੀਜ਼ਾਂ ਇਹ ਖਤਮ ਨਹੀਂ ਹੋਣ ਵਾਲੀਆਂ, ਇਲੈਕਸ਼ਨਸ ਵੀ ਹੁੰਦੇ ਜਾਂਦੇ ਰਹਿਣੇ, ਸਾਰੀਆਂ ਚੀਜ਼ਾਂ ਇਹ ਚੱਲਦੀਆਂ ਰਹਿਣੀਆਂ। ਪਰ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਗੰਦਗੀ ਦਾ ਹਾਲ ਹੈ, ਜੋ ਪ੍ਰੈਸ ਨੋਟਾਂ ਤੱਕ ਸੀਮਿਤ ਰਹਿ ਗਿਆ, ਉਹਨਾਂ ਦੇ ਜਿਹੜੇ ਹਾਲਾਤ ਹੈ ਅੱਜ ਸਫਾਈ ਦੇ ਹੁਸ਼ਿਆਰਪੁਰ ਦੇ ਬਹੁਤ ਵੱਧ ਤੋਂ ਬਦਤਰ ਹੋ ਗਏ ਹੈ। ਹਾਂਜੀ ਸਰ, ਕੀ ਨਾਮ ਹੈ ਜੀ ਆਪਣਾ? ਮੈਂ ਬਿਕਰਮਜੀਤ ਸਿੰਘ ਕਲਸੀ ਜੀ, ਸਾਬਕਾ ਕੌਂਸਲਰ। ਬਿਕਰਮ ਜੀ, ਇੱਕ ਬਰਸਾਤੀ ਨਾਲੇ ਜਿਹੜੇ ਹੈਗੇ ਸ਼ਹਿਰ ਦੇ ਵਿੱਚ, ਤੁਹਾਡੀ ਇਸ ਮਾਰਕੀਟ 'ਚ ਵੀ ਦੇਖਣ ਨੂੰ ਆ ਰਹੇ ਹੈਗੇ ਕਿ ਬੜੀ ਗੰਦਗੀ ਇਹਦੇ ਵਿੱਚ ਜਮ੍ਹਾਂ ਹੈਗੀ ਆ, ਕਿਵੇਂ ਦੇਖਦੇ ਹੋ? ਬਰਸਾਤ ਤੋਂ ਪਹਿਲਾਂ ਤਗਮੱਜੇ ਮਾਰੇ ਜਾਂਦੇ ਇਹਨਾਂ ਨੂੰ ਸਾਫ਼ ਕਰਨ ਦੇ ਉੱਤੇ, ਖਰਚੇ ਜਿਹੜੇ ਕੀਤੇ ਜਾਣ ਦੀ ਗੱਲ ਹੈ, ਪ੍ਰੈਸ ਨੋਟ ਜਾਰੀ ਹੁੰਦੇ, ਕਿਵੇਂ ਦੇਖਦੇ? ਇਹ ਜੀ ਇੱਦਾਂ ਆ, ਇਹ 2017 'ਚ ਇਹ ਨਾਲੇ ਬਣੇ ਸੀ। ਜਿਸਲੇ ਇਹ ਨਾਲੇ ਇਹਨਾਂ ਨੇ ਬਣਾਉਣੇ ਸ਼ੁਰੂ ਕੀਤੇ ਸੀ ਨਾ, ਉਦੋਂ ਪੂਰੀ ਮਾਰਕੀਟ ਨੇ, ਬਾਬਾ ਵਿਸ਼ਵਕਰਮਾ ਮੋਟਰ ਮਾਰਕੀਟ ਇਹ ਟਾਂਡਾ ਰੋਡ 'ਤੇ ਹੈ, ਇਹ ਪੂਰੀ ਮਾਰਕੀਟ ਨੇ ਇਹਦਾ ਵਿਰੋਧ ਕੀਤਾ ਸੀ। ਵਿਰੋਧ ਤਾਂ ਕੀਤਾ ਸੀ, ਇੱਕ ਤਾਂ ਇਹ ਨਾਲੇ ਜਿਹੜੇ ਬਣੇ ਬਿਲਕੁਲ ਗਲਤ ਆ, ਇਹਦੇ ਨਾਲ ਜਿਹੜੀ ਅੱਗੇ ਤੋਂ ਸੜਕ ਜੇ ਚੌੜੀ ਕਰਨੀ ਹੋਵੇ ਤਾਂ ਚੌੜੀ ਨਹੀਂ ਹੋ ਸਕਦੀ, ਅਤੇ ਇੱਕ ਇਹ ਸੜਕ ਤੋਂ ਉੱਚੇ ਬਹੁਤ ਬਣਾਏ ਆ। ਤੁਸੀਂ ਆ ਕੇ ਬਰਸਾਤਾਂ 'ਚ ਦੇਖਿਓ, ਬਿਲਕੁਲ ਇਹ ਯੂਜ਼ਲੈਸ ਹੈ, ਇਹਦੇ 'ਚ ਬਿਲਕੁਲ ਪਾਣੀ ਨਹੀਂ ਜਾ ਰਿਹਾ ਬਰਸਾਤਾਂ ਦਾ, ਹੈ ਨਾ, ਅਤੇ ਨਾ ਹੀ ਇਹਦੇ 'ਤੇ ਕੋਈ ਗੱਡੀ ਖੜ੍ਹੀ ਕਰ ਸਕਦਾ, ਨਾ ਹੀ ਇਹ ਇਹ ਐਕਸੀਡੈਂਟ ਦਾ ਇਹ ਘਰ ਹੈ, ਇੱਕ ਇਹ ਕੂੜੇ ਦਾ ਡੰਪ ਬਣ ਗਿਆ। ਇਹ ਬਹੁਤ ਜਗ੍ਹਾ ਤੋਂ ਇਹਦੇ ਖੁੱਲੇ ਵੇ ਆ, ਜਿਹੜਾ ਵੀ ਕੋਈ ਕੂੜਾ, ਕੋਈ ਜਿਹਨੇ ਜਿਹਦੇ ਕੋਲ ਵੀ ਕੋਈ ਕੂੜਾ ਹੁੰਦਾ, ਉਹ ਡੰਪ 'ਤੇ ਸਿੱਟਣ ਦੀ ਜਗ੍ਹਾ ਇਹਦੇ ਵਿੱਚ ਸਿੱਟ ਦਿੰਦਾ। ਇਹਦੇ 'ਚ ਕੋਈ ਜਾਨਵਰ ਜੇ ਵੜ ਜਾਵੇ, ਉਹ ਤੋਂ ਨਿਕਲ ਨਹੀਂ ਹੁੰਦਾ, ਉਹ ਮਰ ਜਾਂਦਾ, ਮੁਸ਼ਕ ਆਉਂਦਾ, ਬਿਮਾਰੀ ਦਾ ਘਰ ਹੈ। ਇਹ ਬਹੁਤ ਵਾਰ ਇਹ ਜਦੋਂ ਇਹ ਬਣਨੇ ਸ਼ੁਰੂ ਹੋਏ ਤਾਂ ਅਸੀਂ ਬਹੁਤ ਸਾਰੀ ਮਾਰਕੀਟ ਵਾਲਿਆਂ ਨੇ ਇਹਦਾ ਵਿਰੋਧ ਕੀਤਾ ਸੀ, ਅਖਬਾਰਾਂ 'ਚ ਵੀ ਆਇਆ ਸੀ, ਸਾਨੂੰ ਆਸ਼ਵਾਸਨ ਦਵਾਇਆ ਗਿਆ ਸੀ ਵੀ ਇਹਨੂੰ ਨਾ ਅਸੀਂ ਇਹ ਸੜਕ ਦੇ ਬਿਲਕੁਲ ਲੈਵਲ 'ਤੇ ਬਣਾਵਾਂਗੇ ਅਤੇ ਅੰਡਰਗਰਾਊਂਡ ਬਣਾਵਾਂਗੇ। ਪਰ ਫਿਰ ਵੀ ਪ੍ਰਸ਼ਾਸਨ ਦੀ ਕੀ ਇਹਦੇ 'ਚ ਕਮੀ ਰਹੀ, ਕੀ ਹੋਇਆ, ਇਹ ਜਿਹੜਾ ਇਹਨਾਂ ਨੂੰ ਬਿਲਕੁਲ ਗਲਤ ਤਰੀਕੇ ਨਾਲ ਬਣਾਇਆ ਗਿਆ। ਕਲਸੀ ਸਾਹਿਬ, ਹਰ ਸਾਲ ਇਹਨਾਂ ਨੂੰ ਸਾਫ਼ ਕਰਨ ਦੀ ਜਿਹੜੀ ਗੱਲ ਸਾਹਮਣੇ ਆਉਂਦੀ ਪ੍ਰਸ਼ਾਸਨ ਦੁਆਰਾ, ਕਿੰਨੀ ਕੁ ਵਾਰੀ ਸਾਫ਼ ਹੋਏ ਹੁਣ ਤੱਕ? ਇਹ 17 ਤੋਂ ਲੈ ਕੇ ਹੁਣ ਤੱਕ ਅਸੀਂ ਇੱਕ ਵਾਰੀ ਵੀ ਸਾਫ਼ ਹੁੰਦੇ ਨਹੀਂ ਦੇਖੇ। ਤੁਸੀਂ ਇਹਦੇ 'ਚ ਝਾਤੀ ਮਾਰੋ, ਕੈਮਰੇ ਦੀ ਇਹਦੇ 'ਚ ਮਾਰਿਓ, ਬਿਲਕੁਲ ਇਹ ਭਰੇ ਪਏ ਆ ਨੱਕੋ ਨੱਕ। ਹਰ ਸਾਰੇ ਦੁਕਾਨਦਾਰ ਜਿਹੜੇ ਇਹਦੇ 'ਚ ਕੂੜਾ ਸਿੱਟਦੇ ਆ, ਦੁਕਾਨਦਾਰ ਕੀ ਮੁਹੱਲੇ ਵਾਲੇ ਵੀ ਆ ਕੇ ਜਿਹੜੇ ਇਹਦੇ 'ਚ ਕੂੜਾ ਸਿੱਟਦੇ ਆ, ਬਹੁਤ ਇੱਥੇ ਦੁਕਾਨਾਂ 'ਚ ਮੁਸ਼ਕ ਆਉਂਦੀ ਆ, ਮੱਛਰ ਹੈ, ਬਹੁਤ ਮਾੜਾ ਹਾਲ। ਅਤੇ ਬਰਸਾਤ ਬਸ 10-15 ਦਿਨ ਤੱਕ ਸ਼ੁਰੂ ਹੋ ਜਾਣੀ ਆ, ਹਰ ਸਾਲ ਬਰਸਾਤ ਪੈਂਦੀ ਆ। ਸ਼ਹਿਰ ਦੀਆਂ ਜਿਹੜੀਆਂ ਸੜਕਾਂ, ਖਾਸ ਤੌਰ 'ਤੇ ਇਹ ਇਲਾਕਾ ਜਿਹੜਾ ਮਿੰਨੀ ਨਹਿਰਾਂ ਦਾ ਸੂਇਆਂ ਕੱਸੀਆਂ ਦਾ ਰੂਪ ਧਾਰਨ ਕਰ ਲੈਂਦੇ ਆ, ਪਰ ਪ੍ਰਸ਼ਾਸਨ ਵੱਲੋਂ ਲੇਟ ਲਤੀਫੀ ਜਾਂ ਨਜ਼ਰਅੰਦਾਜ਼ੀ ਨੂੰ ਕਿਵੇਂ ਦੇਖਦੇ ਹੋ? ਦੇਖੋ ਇਹਦੇ 'ਚ ਦੋ ਗੱਲਾਂ ਆ, ਇੱਕ ਤਾਂ ਜਿਹੜੇ ਨਾਲੇ ਆ, ਨਾਲਿਆਂ ਦਾ ਕੋਈ ਫਾਇਦਾ ਹੀ ਹੈ ਨਹੀਂ, ਨਾਲਿਆਂ 'ਚ ਪਾਣੀ ਜਾਂਦਾ ਹੀ ਨਹੀਂ। ਇੱਕ ਤੁਸੀਂ ਆ ਕੇ ਦੇਖਿਓ ਜਦੋਂ ਬਰਸਾਤਾਂ ਹੋਣਗੀਆਂ, ਦੇਖੋ ਇਹਦੇ 'ਚ ਕਿਤੇ ਵੀ ਇਹ ਜਿਹੜਾ ਹਜੇ ਪ੍ਰਭਾਤ ਚੌਂਕ ਵਾਲਾ ਨਾਲਾ ਹੈ ਨਾ, ਉਹ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹਨਾਂ 'ਚ ਪਾਣੀ ਜਾਂਦਾ, ਕਿਉਂਕਿ ਉੱਥੇ ਪਾਣੀ ਦਾ ਬਹਾਓ, ਸਾਰੇ ਸ਼ਹਿਰ ਦਾ ਬਹਾਓ ਉੱਥੇ ਚੱਲ ਜਾਂਦਾ। ਜਿਹੜੇ ਟਾਂਡਾ ਰੋਡ 'ਤੇ ਬਣੇ, ਇੱਥੇ ਤਾਂ ਪਾਣੀ ਬਿਲਕੁਲ, ਮੇਰਾ ਖਿਆਲ ਆ ਵੀ ਇਹਦੇ 'ਚ ਨਹੀਂ ਜਾਂਦਾ ਹੋਣਾ ਮਾੜਾ ਜਿਹਾ ਵੀ ਪਾਣੀ, ਬਿਲਕੁਲ ਯੂਜ਼ਲੈਸ ਹੈ, ਨਾ ਹੀ ਇਹ ਸਾਫ਼ ਹੁੰਦੇ। ਇਹਦੇ 'ਚ ਪਾਣੀ ਜਾਊਗਾ ਅਤੇ ਸਾਫ਼ ਹੋਣਗੇ ਬਹਾਰ ਨਾਲ, ਅਤੇ ਇਹ ਭਰੇ ਇੰਨੇ ਪਏ ਆ
ਕਿ ਇਹ ਓਵਰਫਲੋ ਹੋ ਜਾਂਦੇ ਪਾਣੀ ਇਹਨਾਂ ਦੇ ਬਾਹਰ ਹੁੰਦਾ ਹੈ, ਕੂੜਾ ਕੂੜੇ ਨਾਲ ਭਰੇ ਪਿਆ ਪਾਣੀ ਲੱਗਦਾ। ਫਿਰ ਖਰਚਾ ਕਿੱਥੇ ਕੀਤਾ ਜਾ ਰਿਹਾ ਜਿਹੜੇ ਹਰ ਸਾਲ ਦਾਅਵੇ ਕੀਤੇ ਜਾਂਦੇ ਇਹਨਾਂ ਨੂੰ ਸਾਫ ਕਰਨ ਦੇ ਲਈ? ਸੁਭਾਵਿਕ ਜੀ ਗੱਲ ਆ, ਉਹਦੇ ਲਈ ਖਰਚਾ ਵੀ ਹੁੰਦਾ ਹੋਏਗਾ, ਮਤਾ ਕੋਈ ਟੈਂਡਰ ਕਿਵੇਂ ਦੇ, ਤੁਸੀਂ ਕੌਂਸਲਰ ਵੀ ਰਹੇ ਹੋ। ਇਹ ਤਾਂ ਦੇਖੋ ਹੁਣ ਪ੍ਰਸ਼ਾਸਨ ਨੂੰ ਪੁੱਛਿਆ ਜਾ ਸਕਦਾ ਵੀ ਉਹ ਕਿੱਥੇ ਖਰਚਾ ਕਰਦੇ ਆ, ਕਿ ਕਿੱਥੇ ਉਹ ਪੈਸੇ ਲਾਉਂਦੇ ਆ। ਅਤੇ ਮੇਰੀ ਨਿਗਾਹ 'ਚ ਤਾਂ ਹਜੇ ਤੱਕ ਇੱਕ ਵਾਰੀ ਵੀ ਇਹ ਜਿਹੜਾ ਸਾਫ਼ ਮੰਗ ਕਰਦੇ ਉਹਨਾਂ ਨਾਲਿਆਂ ਨੂੰ, ਬਿਲਕੁਲ ਇਹ ਸਾਫ਼ ਹੋਣੇ ਚਾਹੀਦੇ ਆ। ਜੇ ਬਣੇ ਹੀ ਗਏ ਆ ਕਿਸੇ ਤਰੀਕੇ ਨਾਲ, ਗਲਤ ਬਣ ਗਏ ਆ, ਤਾਂ ਇਹਨਾਂ ਨੂੰ ਸਾਫ਼ ਤਾਂ ਰੱਖਣ, ਇਹਨਾਂ ਦੀ ਸਫਾਈ ਹੋਵੇ ਬਰਸਾਤਾਂ ਤੋਂ ਪਹਿਲਾਂ। ਬਿਲਕੁਲ ਇਹ ਖਾਲੀ ਹੋਣੇ ਚਾਹੀਦੇ ਆ, ਜਿੱਥੋਂ ਟੁੱਟਿਓ ਜਗ੍ਹਾ ਜਗ੍ਹਾ ਤੋਂ ਟੁੱਟਿਓ, ਲੋਕ ਜਿਹੜਾ ਕੂੜਾ ਸਿੱਟਦੇ ਜਿਹਦੇ ਵਿੱਚ, ਉਹ ਜਗ੍ਹਾ ਬੰਦ ਹੋਣੀਆਂ ਚਾਹੀਦੀਆਂ, ਇਹਨੂੰ ਪ੍ਰੋਪਰ ਤਰੀਕੇ ਨਾਲ। ਲੋਕਾਂ ਦਾ ਕਹਿਣਾ ਕਿ ਜਦੋਂ ਇਹਨਾਂ ਨੂੰ ਪੈਦਲ ਚੱਲਣ ਵਾਲੇ ਚੱਲਣ ਦੇ ਲਈ ਵਰਤੋਂ ਕਰਦੇ ਆ, ਪਰ ਜਗ੍ਹਾ ਜਗ੍ਹਾ ਸਲੈਬਾਂ ਟੁੱਟੀਆਂ ਹੋਣ ਕਰਕੇ ਹਨੇਰੇ ਹਨੇਰੇ ਕਈ ਵਾਰੀ ਲੋਕ ਡਿੱਗ ਵੀ ਜਾਂਦੇ, ਹਾਦਸਾ ਹੁੰਦਾ ਇੱਥੇ ਜੀ, ਵਿਚੜੇ ਪੈਂਦੇ ਆ, ਕਿਉਂਕਿ ਅੱਜ ਕੱਲ੍ਹ ਲੋਕ ਹਨੇਰਾ ਹੁੰਦਾ ਆ, ਕਿਸੇ ਫੁੱਟਪਾਥ ਸੰਘ ਕੇ ਤੁਰਨ ਲੱਗ ਪੈਂਦੇ ਆ, ਅੱਗੋਂ ਨਾਲਾ ਟੁੱਟਾ ਹੁੰਦਾ, ਬੇਖਿਆਲੀ 'ਚ ਵਿਚ ਡਿੱਗ ਪੈਂਦੇ, ਹਾਦਸਾ ਹੋ ਜਾਂਦਾ। ਜੀ ਮੈਮ, ਬਰਸਾਤ ਆ ਰਹੀ ਹੈਗੀ ਆ, ਬਰਸਾਤੀ ਨਾਲਿਆਂ ਦੀ ਸਫਾਈ ਨੂੰ ਲੈ ਕੇ ਐਡਮਿਨਿਸਟ੍ਰੇਸ਼ਨ ਵੱਲੋਂ, ਤੁਹਾਡੇ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਨੇ? ਮਿਊਨਸੀਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਵੱਲੋਂ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਬਰਸਾਤੀ ਨਾਲਿਆਂ ਦੀ ਸਫਾਈ ਦਾ ਜਿਹੜਾ ਅਭਿਆਨ ਆ ਉਹ ਸਟਾਰਟ ਕੀਤਾ ਜਾ ਰਿਹਾ। ਉਹਦੇ ਵਾਸਤੇ ਅਸੀਂ ਜਿਹੜੇ 18 ਸਾਡੇ ਕਾਰਪੋਰੇਸ਼ਨ ਜੂਰਿਸਡਿਕਸ਼ਨ ਵਿੱਚ ਨਾਲੇ ਫਾਲ ਕਰਦੇ ਨੇ, ਉਹਨਾਂ ਦੀ ਸਫਾਈ ਲਈ ਅਸੀਂ ਟੈਂਡਰ ਜਿਹੜਾ ਉਹ ਫਲੋਟ ਕਰ ਰਹੇ ਹਾਂ, ਅਤੇ ਵਿਦਇਨ 15 ਡੇਜ਼ ਉਹ ਟੈਂਡਰ ਜਿਹੜਾ ਖੁੱਲ੍ਹ ਜਾਏਗਾ, ਅਤੇ ਉਸ ਤੋਂ ਬਾਅਦ ਫਿਰ ਸਫਾਈ ਦਾ ਜਿਹੜਾ ਕੰਮ ਹੈ ਉਹ ਸਟਾਰਟ ਹੋ ਜਾਏਗਾ। ਦੇਖਣ ਵਿੱਚ ਆਇਆ ਹੈਗਾ ਮੈਡਮ ਜੀ, ਟਾਂਡਾ ਰੋਡ ਜਿਹੜੀ ਹੈਗੀ ਆ, ਪ੍ਰੈਜ਼ੀਡੈਂਸੀ ਹੋਟਲ ਤੋਂ ਲੈ ਕੇ ਜਸਾ ਸਿੰਘ ਰਾਮਗੜੀਆ ਚੌਂਕ ਤੋਂ ਲੈ ਕੇ, ਉੱਥੇ ਨਾਲੇ ਜਿਹੜੇ ਆ ਪੂਰੇ ਬਲੋਕ ਹੋ ਚੁੱਕੇ ਆ, ਲੋਕਾਂ ਨੇ ਉਹਦੇ ਵਿੱਚ ਕਚਰਾ ਭਰ ਦਿੱਤਾ ਹੈਗਾ ਆ, ਔਰ ਬਰਸਾਤ ਨੂੰ ਜਿਹੜੇ ਆ ਉਹ ਕੰਮ ਨਹੀਂ ਆ ਰਿਹਾ, ਕਰੋੜਾਂ ਰੁਪਇਆ ਜਿਹੜਾ ਉਹਨਾਂ ਦੀ ਲਾਗਤ ਲੱਗੀ ਸੀਗੀ, ਉਹ ਸਫਾਈ ਲੋਕਾਂ ਦਾ ਕਹਿਣਾ ਜਿਹੜੀ ਅਸੀਂ ਜਨਤਾ ਨਾਲ ਗੱਲ ਕੀਤੀ, ਕਦੇ ਸਫਾਈ ਹੋਈ ਨਹੀਂ ਉਹਨਾਂ ਦੀ। ਇਹਦੇ ਵਿੱਚ ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹਾਂਗੀ ਕਿ ਪਿੱਛੇ ਅਸੀਂ ਜਿਹੜਾ ਸ਼ਹਿਰ ਵਿੱਚ ਵੀ ਸਫਾਈ ਦਾ ਅਭਿਆਨ ਚਲਾਇਆ ਸੀ, ਉਹਦੇ ਵਿੱਚ ਅਸੀਂ ਕਾਫੀ ਸ਼ਹਿਰ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਫੀਡਬੈਕ ਵੀ ਉਹਦਾ ਪੋਜ਼ਿਟਿਵ ਸਾਨੂੰ ਮਿਲਿਆ ਬਹੁਤ ਸਾਰੇ ਸ਼ਹਿਰ ਦੇ ਵਾਸੀਆਂ ਕੋਲੋਂ ਵੀ ਅਤੇ ਹੋਰ ਏਜੰਸੀਜ਼ ਕੋਲੋਂ ਵੀ। ਇਹਦੇ ਵਿੱਚ ਬਰਸਾਤੀ ਨਾਲਿਆਂ ਦਾ ਜਿਹੜਾ ਅਸੀਂ ਅਭਿਆਨ ਆ ਇਹਨੂੰ ਹੁਣ ਰਿਵਾਈਵ ਕਰਾਂਗੇ, ਦੁਬਾਰਾ ਸ਼ੁਰੂ ਕਰਾਂਗੇ, ਤਾਂ ਕਿ ਬਰਸਾਤ ਦੇ ਮੌਸਮ 'ਚ ਸਾਨੂੰ ਜਿਹੜੀ ਜ਼ਿਆਦਾ ਦਿੱਕਤ ਆ ਉਹ ਪੇਸ਼ ਨਾ ਆਵੇ। ਇਸ ਦੇ ਨਾਲ ਹੀ ਅਸੀਂ ਜਿਹੜੇ ਸ਼ਹਿਰ ਦੇ ਨਿਵਾਸੀ ਆ ਉਹਨਾਂ ਨੂੰ ਵੀ ਇਹ ਬੇਨਤੀ ਕਰਾਂਗੇ, ਤੁਸੀਂ ਵੀ ਸਾਡਾ ਇਹਦੇ ਵਿੱਚ ਸਾਥ ਦਿਓ, ਅਤੇ ਜਿਹੜੇ ਨਾਲੇ ਆ ਉਹਦੇ ਵਿੱਚ ਜਿਹੜਾ ਗਾਰਬੇਜ ਅਸੀਂ ਫੈਂਕਦੇ ਆ ਉਹਨੂੰ ਨਾ ਸੁੱਟਿਆ ਜਾਏ, ਕਿਉਂਕਿ ਸਭ ਤੋਂ ਜ਼ਿਆਦਾ ਮੁਸ਼ਕਿਲ ਹੀ ਪੋਲੀਥੀਨ ਲਿਫਾਫਿਆਂ ਦੀ ਆਉਂਦੀ ਹੈ। ਜਦੋਂ ਅਸੀਂ ਡੰਪ ਕਰਦੇ ਹਾਂ ਉਹ ਲਿਫਾਫੇ ਫਸ ਜਾਂਦੇ ਨੇ, ਅਤੇ ਉਹਦੇ ਨਾਲ ਜਿਹੜਾ ਪਾਣੀ ਦਾ ਜਿਹੜਾ ਅੱਗੇ ਹੈਗਾ ਫਲੋ ਰੁਕਦਾ। ਸੋ ਇਹਦੇ ਵਿੱਚ ਬੇਨਤੀ ਹੈ ਕਿ ਸਾਰੇ ਸ਼ਹਿਰ ਨਿਵਾਸੀਆਂ ਨੂੰ ਕਿ ਆਉਣ ਵਾਲੇ ਮੌਸਮ ਨੂੰ ਧਿਆਨ 'ਚ ਰੱਖਦੇ ਹੋਏ, ਅਦਰਵਾਈਜ਼ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਪੋਲੀਥੀਨ ਦਾ ਜਿਹੜਾ ਯੂਜ਼ ਆ ਉਹਨੂੰ ਘਟਾਈਏ, ਅਤੇ ਉਹਦੀ ਡੰਪਿੰਗ ਹਰ ਜਗ੍ਹਾ ਨਾ ਕਰੀਏ। ਜਿਹੜੀ ਉਹ ਸਾਰੀ ਮਾਰਕੀਟ ਹੈਗੀ ਹੈ ਨਾ, ਉਹਨਾਂ ਦਾ ਰੁਜ਼ਗਾਰ ਵੀ ਹੈਗਾ, ਉਹਨਾਂ ਲੋਕਾਂ ਦਾ ਕਹਿਣਾ ਕਿ ਅਸੀਂ ਉੱਥੇ ਕਾਫ਼ੀ ਮੁਸ਼ਕਲਾਂ ਦਰਪੇਸ਼ ਆ ਰਹੀਆਂ, ਕਿਉਂਕਿ ਜਿਹੜਾ ਉਹਦੇ ਵਿੱਚ ਸਾਰਾ ਬਲੋਕ ਹੋਇਆ ਪਿਆ ਗੰਦਗੀ ਕਾਰਨ, ਮਰੇ ਹੋਏ ਜਾਨਵਰ ਵੀ ਲੋਕ ਸੁੱਟ ਜਾਂਦੇ ਨੇ ਉਹਨਾਂ ਦੇ ਵਿੱਚ, ਅਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਸਫਾਈ ਕਰਮੀ ਜਾਂ ਕੋਈ ਅਨਨੋਨ ਲੋਕ ਜਿਹੜੇ ਆ ਉਹਨੂੰ ਅੱਗ ਵੀ ਲਗਾ ਜਾਂਦੇ ਆ, ਔਰ ਉਹ ਧੁੱਖਦਾ ਰਹਿੰਦਾ, ਜਿਹਦੇ ਕਰਕੇ ਉਹਨਾਂ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਹੋ ਸਕਦਾ ਹੈ। ਇਹ ਚੀਜ਼ ਜਿਹੜੀ ਹੈਗੀ ਆ ਤੁਸੀਂ ਮੇਰੇ ਨੋਟਿਸ 'ਚ ਲਿਆਇਓ, ਮੈਂ ਚੈੱਕ ਕਰਵਾ ਲੈਂਦੀ ਹਾਂ ਕਿ ਇਹ ਪ੍ਰੋਬਲਮ ਕਿਉਂ ਆ ਰਹੀ ਹੈ, ਅਤੇ ਅਸੀਂ ਸ਼ੋਰ ਕਰਦੇ ਹਾਂ ਕਿ ਇਹਨੂੰ ਅਸੀਂ ਜਲਦੀ ਤੋਂ ਜਲਦੀ ਜਿਹੜਾ ਠੀਕ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਮੈਡਮ, ਕਈ ਜਿਹੜੇ ਹੈਗੇ ਆ ਸਰਕਾਰੀ ਨਾਲਿਆਂ ਦੇ ਉੱਤੇ ਅਪਰੋਚਮੈਂਟ ਹੋਈ ਹੋ ਆ, ਕਿਤੇ ਦੁਕਾਨਾਂ ਪਈਆਂ ਹੈਗੀਆਂ, ਕਿਤੇ ਲੋਕਾਂ ਨੇ ਮਕਾਨ ਵੀ ਬਣਾ ਲਏ, ਬਹੁਤ ਸਾਰੇ ਏਰੀਏ ਹੈਗੇ ਆ ਜਿਹੜੇ, ਅਤੇ ਉਹ ਕੀ ਅਪਰੋਚਮੈਂਟ ਕਿੱਦਾਂ ਹਟਾਉਂਗੇ ਤੁਸੀਂ? ਇਨਕਰੋਚਮੈਂਟ ਲਈ ਅੱਜ ਹੀ ਅਸੀਂ ਇੱਕ ਮੀਟਿੰਗ ਕਰਕੇ ਹਟੇ ਹਾਂ, ਤੁਹਾਨੂੰ ਵੀ ਪਤਾ ਹੈ ਕਿ ਪਿੱਛੇ ਅਸੀਂ ਇਲੈਕਸ਼ਨ 'ਚ ਬਿਜ਼ੀ ਹੋਣ ਕਰਕੇ ਕਾਫੀ ਚੀਜ਼ਾਂ ਜਿਹੜੀਆਂ ਸਾਡੀਆਂ
ਇਨ ਮਿਡ ਰਹਿ ਗਈਆਂ ਸੀ ਜਿਹੜੇ ਅਸੀਂ ਪ੍ਰੋਸੈਸ ਸਟਾਰਟ ਕੀਤੇ ਸੀ, ਬਟ ਉਹਨਾਂ ਨੂੰ ਅੱਜ ਅਸੀਂ ਸਟਾਰਟ ਰੀਸਟਾਰਟ ਆਈਲ ਯੂਜ਼ ਦਾ ਵਰਡ ਕਿ ਰੀਸਟਾਰਟ ਕਰਨ ਜਾ ਰਹੇ ਹਾਂ। ਜਿੰਨੀਆਂ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਹੈਗੀਆਂ, ਚਾਹੇ ਉਹ ਸਫਾਈ ਨੂੰ ਲੈ ਕੇ ਹੈ, ਚਾਹੇ ਉਹ ਇਨਕਰੋਚਮੈਂਟ ਨੂੰ ਲੈ ਕੇ ਹੈਗੀ ਆ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਠੀਕ ਹੁੰਦੀਆਂ ਨਜ਼ਰ ਆਉਣਗੀਆਂ। ਇਹਦੇ ਵਿੱਚ ਅਸੀਂ ਇੱਕ ਹੋਰ ਚੀਜ਼ ਨਵੀਂ ਕਰਨ ਜਾ ਰਹੇ ਹਾਂ ਕਿ ਮੋਸਟਲੀ ਸਾਨੂੰ ਦਿੱਕਤ ਆਉਂਦੀ ਹੈ ਅਦਰ ਡਿਪਾਰਟਮੈਂਟਸ ਨਾਲ ਕੋਆਰਡੀਨੇਸ਼ਨ ਦੀ, ਕਿਉਂਕਿ ਇੱਕ ਇਕੱਲਾ ਡਿਪਾਰਟਮੈਂਟ ਇਹ ਚੀਜ਼ ਵਿੱਚ ਇਨਵੋਲਵ ਨਹੀਂ ਹੁੰਦਾ। ਇਹਦੇ ਵਿੱਚ ਸਾਨੂੰ ਟ੍ਰੈਫਿਕ ਦੀ ਵੀ ਹੈਲਪ ਚਾਹੀਦੀ ਹੈ, PWD ਦੀ ਹੈਲਪ ਚਾਹੀਦੀ ਹੈ, ਡਰੇਨੇਜ ਦੀ ਹੈਲਪ ਚਾਹੀਦੀ ਹੈ। ਸੋ ਇਹਨਾਂ ਸਾਰੇ ਡਿਪਾਰਟਮੈਂਟਸ ਦੇ ਨਾਲ ਅਸੀਂ ਮੀਟਿੰਗਸ ਕਰਕੇ ਅਸੀਂ ਇੱਕ ਐਕਸ਼ਨ ਪਲਾਨ ਤਿਆਰ ਕਰਾਂਗੇ ਜਿਹਦੇ ਨਾਲ ਆਉਣ ਵਾਲੇ ਟਾਈਮ ਵਿੱਚ ਇਹ ਚੀਜ਼ਾਂ ਤੋਂ ਸਾਨੂੰ ਨਿਜ਼ਾਤ ਮਿਲੇਗੀ। ਜਿਹੜਾ ਐਂਕਰੋਚਮੈਂਟ ਹੈਗਾ ਆ, ਇਹ ਟੈਂਪਰੇਰੀ ਨਹੀਂ ਮਿਲਣ, ਜਿਹੜਾ ਪੱਕੇ ਮਕਾਨ ਵਗੈਰਾ ਬਣਾ ਲਏ ਆ, ਜਿਹੜੀਆਂ ਦੁਕਾਨਾਂ ਪੱਕੀਆਂ ਉੱਤੇ ਬਣਾ ਲਈਆਂ ਨਾਲਿਆਂ ਦੇ ਉੱਤੇ, ਖਾਸ ਤੌਰ 'ਤੇ ਜਿੱਦਾਂ ਰੇਲਵੇ ਰੋਡ ਵਗੈਰਾ ਹੋ ਗਏ ਅਤੇ ਹੋਰ ਵੀ ਬਹੁਤ ਜਗ੍ਹਾ ਹੈਗੀਆਂ, ਉਹਨਾਂ ਨੂੰ ਕਿੱਦਾਂ ਹਟਾਇਆ ਜਾਊਗਾ? ਦੇਖੋ, ਕੋਈ ਵੀ ਅਸੀਂ ਕੈਂਪੇਨ ਸਟਾਰਟ ਕਰਦੇ ਹਾਂ ਅਤੇ ਉਹਦੇ ਵਿੱਚ ਸਭ ਤੋਂ ਪਹਿਲਾਂ ਇੱਕ ਅਸੀਂ ਸਰਵੇ ਕਰਦੇ ਹਾਂ ਕਿ ਉਹਦਾ ਸਟੇਟਸ ਕੀ ਆ। ਸੋ ਇੱਕ ਵਾਰੀ ਅਸੀਂ ਚੈੱਕ ਕਰਦੇ ਹਾਂ ਕਿ ਕਿੱਥੇ ਕੀ ਕਿੰਨੀ ਇਨਕਰੋਚਮੈਂਟ ਹੈਗੀ ਆ, ਸੋ ਉਹਦੇ ਵਾਸਤੇ ਫਿਰ ਅਸੀਂ ਐਕਸ਼ਨ ਪਲਾਨ ਬਣਾਵਾਂਗੇ, ਨੋਟਿਸ ਇਸ਼ੂ ਕਰਾਂਗੇ, ਚਲਾਨ ਕਰਨੇ ਆ, ਫਿਰ ਲਾਸਟ ਸਟੈਪ ਤੁਹਾਨੂੰ ਪਤਾ ਹੈ ਕਿ ਆਉਂਦਾ ਡੈਮੋਲੀਸ਼ਨ ਦਾ। ਸੋ ਐਜ਼ ਪਰ ਲਾਅ ਜੋ ਵੀ ਪ੍ਰੋਸੈਸ ਹੈਗਾ ਅਸੀਂ ਉਹਨੂੰ ਫੋਲੋ ਕਰਕੇ ਉਹਦੀ ਜਿਹੜੀ ਹੈਗੀ ਆ ਮੌਕੇ 'ਤੇ ਜਿਹੜੀ ਪਾਲਣਾ ਸੁਨਿਸ਼ਚਿਤ ਕਰਾਂਗੇ। ਕੋਈ ਰਾਜਨੀਤਿਕ ਦਬਾਅ ਵਗੈਰਾ ਵੀ ਦਿੰਦਾ ਹੈ ਫਿਰ ਜਦੋਂ ਇੱਦਾਂ ਦੀ ਅਕਰੋਚਮੈਂਟ ਹਟਾਉਣੀ ਹੁੰਦੀ ਹੈ ਜਾਂ ਨਹੀਂ? ਇਸ ਤਰ੍ਹਾਂ ਦਾ ਮੈਨੂੰ ਹਲੇ ਤੱਕ ਕੋਈ ਦਿੱਕਤ ਨਹੀਂ ਆਈ ਰਾਜਨੀਤਿਕ ਦਬਾਅ ਦੀ। ਤੋ ਆਈ ਹੋਪ ਕਿ ਅਸੀਂ ਜਿਹੜਾ ਹੈਗਾ ਜੋ ਐਸ ਪਰ ਲਾਅ ਹੈਗਾ ਵਾ ਉਹੀ ਕੋਸ਼ਿਸ਼ ਕਰਾਂਗੇ ਕਰਨ ਦੀ। ਸਰਕਾਰ ਵੱਲੋਂ ਪੂਰਾ ਸਹਿਯੋਗ ਰਹਿੰਦਾ ਹੈ? ਬਿਲਕੁਲ ਜੀ, ਸਰਕਾਰ ਵੱਲੋਂ ਪੂਰਾ ਸਹਿਯੋਗ। ਤੁਸੀਂ ਇਨਕਰੋਚਮੈਂਟਸ ਦੀ ਗੱਲ ਕੀਤੀ ਕਿ ਅਦਰ ਡਿਪਾਰਟਮੈਂਟਸ ਦੇ ਨਾਲ ਕੋਆਰਡੀਨੇਟ ਕਰਨ ਦੇ ਵਿੱਚ ਦਿੱਕਤ ਆਉਂਦੀ ਸੀ, ਜਿਹੜੀ ਕਿ ਹੁਣ ਤੁਸੀਂ ਉਹਨੂੰ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹੋ। ਜਦੋਂ ਟ੍ਰੈਫਿਕ ਪੁਲਿਸ ਨਾਲ ਗੱਲ ਕੀਤੀ ਜਾਂਦੀ ਹੈ ਇਨਕਰੋਚਮੈਂਟਸ ਨੂੰ ਲੈ ਕੇ, ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਟ੍ਰੈਫਿਕ ਸਮੂਥ ਕਰਨਾ ਉਹਨਾਂ ਦਾ ਕੰਮ ਹੈ, ਇਨਕਰੋਚਮੈਂਟਸ ਨੂੰ ਹਟਾਉਣਾ ਕਾਰਪੋਰੇਸ਼ਨ ਦਾ ਕੰਮ ਹੈ। ਕਾਰਪੋਰੇਸ਼ਨ ਵੱਲੋਂ ਹਮੇਸ਼ਾ ਅਤੀਤ ਦੇ ਵਿੱਚ ਵੀ ਦਾਅਵਾ ਕੀਤਾ ਜਾਂਦਾ ਰਿਹਾ ਹੈ ਕਿ ਕਾਰਵਾਈ ਹੁੰਦੀ ਹੈ, ਪਰ ਲੋਕਾਂ ਦਾ ਕਹਿਣਾ, ਜਨਤਾ ਦਾ ਕਹਿਣਾ ਕਿ ਇੱਕ ਦਿਨ ਦੀ ਕਾਰਵਾਈ ਹੁੰਦੀ 365 ਦਿਨਾਂ ਦੇ ਵਿੱਚ, ਉਸ ਤੋਂ ਬਾਅਦ ਇਨਕਰੋਚਮੈਂਟਸ ਉਵੇਂ ਹੀ ਜਿਹੜੀਆਂ ਬਰਕਰਾਰ ਹੋ ਜਾਂਦੀਆਂ ਹੈਗੀਆਂ। ਬਾਜ਼ਾਰਾਂ ਦੇ ਵਿੱਚ ਖਾਸ ਤੌਰ 'ਤੇ ਗੱਲ ਕਰੀਏ, ਖਾਨਪੁਰੀ ਜਿਹੜਾ ਗੇਟ ਹੈਗਾ ਆ, ਕੌਸ਼ਲਾ ਬਾਜ਼ਾਰ ਹੈਗਾ, ਬੱਸ ਸਟੈਂਡ ਦਾ ਇਲਾਕਾ ਹੈ, ਕਲੋਕ ਟਾਵਰ ਦਾ ਇਲਾਕਾ ਹੈਗਾ, ਉਹਦੇ 'ਤੇ ਕੀ ਅਸੀਂ ਭਵਿੱਖ ਵਿੱਚ ਕਰ ਰਹੇ ਕਰਨ ਦੇ ਜਿਹੜੇ ਆ ਪ੍ਰੋਗਰਾਮ ਦੇਖ ਰਹੇ? ਦੇਖੋ, ਮੈਂ ਪਹਿਲਾਂ ਹੀ ਤੁਹਾਨੂੰ ਇਹ ਦੱਸ ਰਹੀ ਹਾਂ ਕਿ ਇੱਕ ਇਕੱਲਾ ਡਿਪਾਰਟਮੈਂਟ ਇਸ ਤਰ੍ਹਾਂ ਦੀਆਂ ਕੰਪਲੈਕਸ ਇਸ਼ੂਜ਼ ਜਿਹੜੇ ਹੈਗੇ ਉਹਨਾਂ ਨੂੰ ਨਹੀਂ ਡੀਲ ਕਰ ਸਕਦਾ। ਇਹਦੇ ਵਿੱਚ ਸਾਨੂੰ ਮਲਟੀਪਲ ਡਿਪਾਰਟਮੈਂਟਸ ਦੀ ਕੋਆਰਡੀਨੇਸ਼ਨ ਰਿਕੁਆਇਰਡ ਹੈ। ਉਹਦੇ ਵਾਸਤੇ ਅਸੀਂ ਇੱਕ ਮੀਟਿੰਗ ਆਲਰੇਡੀ ਅੱਜ ਹੀ ਮੈਂ ਡਿਸਕਸ ਕੀਤਾ, ਇੱਕ ਡਿਪਾਰਟਮੈਂਟਸ ਦੀ ਮੀਟਿੰਗ ਅਸੀਂ ਇਸ ਹਫਤੇ ਵਿੱਚ ਕਰਕੇ ਅਸੀਂ ਐਕਸ਼ਨ ਪਲਾਨ ਤਿਆਰ ਕਰ ਰਹੇ ਹਾਂ, ਜਿੱਥੇ ਜਿਹੜੇ ਡਿਪਾਰਟਮੈਂਟ ਦਾ ਰੋਲ ਆਉਂਦਾ ਹੈ ਉਹ ਰੋਲ ਨੂੰ ਅਸੀਂ ਕਿਸ ਤਰੀਕੇ ਨਾਲ ਉੱਥੇ ਮੌਕੇ 'ਤੇ ਇੰਪਲੀਮੈਂਟ ਕਰਵਾਉਣਾ, ਉਹਦੀ ਐਗਜੀਕਿਊਸ਼ਨ ਕਿਵੇਂ ਕਰਨੀ ਹੈ। ਆਈ ਨੋ ਇਹਨੂੰ ਟਾਈਮ ਲੱਗੇਗਾ, ਇਟਸ ਨੋਟ ਵਨ ਡੇ ਵਰਕ ਕਿ ਅਸੀਂ ਜੇ ਅੱਜ ਪਲਾਨ ਕਰ ਰਹੇ ਹਾਂ ਅਤੇ ਕੱਲ੍ਹ ਅਸੀਂ ਕਰ ਲਵਾਂਗੇ, ਕਿਉਂਕਿ ਇਹਦੇ ਵਿੱਚ ਡਿਪਾਰਟਮੈਂਟਸ ਦੇ ਨਾਲ ਨਾਲ ਸਾਨੂੰ ਸ਼ਹਿਰ ਨਿਵਾਸੀਆਂ ਦੀ ਹੈਲਪ ਦੀ ਜ਼ਰੂਰਤ ਵੀ ਪੈਂਦੀ ਆ। ਉਹਨਾਂ ਵੱਲੋਂ ਵੀ ਰੂਲਸ ਜਿਹੜੇ ਓਬੇ ਕੀਤੇ ਜਾਣ ਅਤੇ ਫਿਰ ਹੀ ਇਹਨੂੰ ਕੀਤਾ ਜਾ ਸਕਦਾ। ਸੋ ਅਵੇਅਰਨੈਸ ਪਲੱਸ ਵਿਜੀਲੈਂਸ, ਇਹ ਸਾਰੀਆਂ ਚੀਜ਼ਾਂ ਅਸੀਂ ਜਿਹੜੀਆਂ ਵਿਜੀਲੈਂਟ ਰਹਿ ਕੇ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਸਾਰੇ ਜਿਹੜੇ ਸਾਡੇ ਹੈਗੇ ਇਸ ਤਰ੍ਹਾਂ ਦੇ ਇਸ਼ੂਜ਼ ਉਹਨਾਂ ਨੂੰ ਰਿਜ਼ੋਲਵ ਕਰੀਏ। ਫੈਬਰੀ ਵਿੱਚ ਮੈਡਮ ਮਤਾ ਪਾ ਕੇ ਇਹ ਜਿਹੜਾ ਪਾਸ ਹੋ ਗਿਆ ਸੀਗਾ ਜਿਹੜਾ ਨਾਲਿਆਂ ਦੀ ਸਫਾਈ ਦਾ, ਅਤੇ ਜਦਕਿ ਇਸ ਮਈ ਵਿੱਚ ਪਹਿਲੀ ਜਿੰਨੇ ਵੀ ਰਹੇ ਹੈਗੇ ਆ ਕਮਿਸ਼ਨਰ ਰਹੇ ਆ ਜਾਂ ਮੇਅਰ ਰਹੇ ਹੈਗੇ ਆ, ਮਈ ਦੇ ਵਿੱਚ ਹੀ ਜਿਹੜਾ ਹੈਗਾ ਨਾਲਿਆਂ ਦੀ ਸਫਾਈ ਸ਼ੁਰੂ ਕਰਾ ਦਿੰਦੇ ਸੀਗੇ, ਅਤੇ ਐਤਕੀ ਟੂ ਮੱਚ ਲੇਟ ਹੈਗਾ ਆ। ਕੋਡ ਚੰਦ ਦਿਨ ਹੈਗੇ ਆ, ਕਿਉਂਕਿ ਬਰਸਾਤ ਵੀ ਨੈਕਸਟ ਮੰਥ ਜਲਦੀ ਆ ਰਹੀ ਹੈਗੀ ਆ, ਮਤਲਬ ਕਹਿ ਦਈਏ ਕਿ 15-20 ਦਿਨਾਂ ਵਿੱਚ ਜਿਹੜੀ ਹੈਗੀ ਆ ਪਹੁੰਚਣੀ ਹੈਗੀ ਆ ਬਰਸਾਤ ਮਾਨਸੂਨ ਜਿਹੜੀ ਆ। ਅਤੇ ਇੱਕ ਇਹ ਵੱਡਾ ਹੈ ਨਹੀਂ ਗਾ ਮਸਲਾ ਕਿ ਇੰਨੇ ਛੋਟੇ ਮਤਲਬ ਪੜਾਅ ਵਿੱਚ ਤੁਸੀਂ
ਐਡਾ ਵੱਡਾ ਸ਼ਹਿਰ ਕਿੱਦਾਂ ਕਵਰ? ਜੇ ਤੁਸੀਂ ਹੁਣ ਲੇਟ ਦੀ ਗੱਲ ਕਰ ਰਹੇ ਹੋ ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਕੋਡ ਲੱਗਾ ਹੋਣ ਕਰਕੇ ਕਈ ਚੀਜ਼ਾਂ 'ਚ ਸਾਨੂੰ ਦਿੱਕਤ ਆਈ ਸੀ, ਬਟ ਕੋਈ ਗੱਲ ਨਹੀਂ, ਅਸੀਂ ਪੂਰੇ ਤਿਆਰ ਹਾਂ। ਅਸੀਂ ਇਹਨੂੰ ਵਿਦ ਇਨ ਟਾਈਮ ਕੋਸ਼ਿਸ਼ ਕਰਾਂਗੇ ਪੂਰਾ ਬਿਲਕੁਲ ਸਫਾਈ ਕਰਕੇ ਸ਼ਹਿਰ ਨਿਵਾਸੀਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ। ਕੋਡ ਜਿਹੜਾ ਮੈਡਮ, ਕਈ ਲੋਕ ਜਿਹੜੇ ਰਾਜਨੀਤੀ ਨਾਲ ਜੁੜੇ ਆ ਜਾਂ ਵਿਰੋਧੀ ਧਿਰਾਂ ਦੀ ਗੱਲ ਕਰ ਲਈ, ਉਹਨਾਂ ਦਾ ਕਹਿਣਾ ਕਿ ਕੋਡ ਦੇ ਵਿੱਚ ਸਫਾਈ ਦੇ ਜਿਹੜੇ ਕੰਮ ਹੈ ਉਹ ਨਹੀਂ ਆਉਂਦੇ ਹੈਗੇ, ਕਿੰਨੀ ਕੁ ਸੱਚਾਈ ਤੁਸੀਂ ਆਪ ਕਰਵਾ ਸਕਦੇ? ਕੋਡ ਦੇ ਦੌਰਾਨ ਅਸੀਂ ਬਾਕੀ ਸਾਰੇ ਜਿਹੜੇ ਸਫਾਈ ਨਾਲ ਰਿਲੇਟਿਡ ਕੰਮ ਹੈ ਅਸੀਂ ਆਲਰੇਡੀ ਉਹ ਕੀਤੇ ਵੀ ਹੋਏ ਨੇ, ਬਟ ਕਿਤੇ ਕੋਈ ਚੀਜ਼ ਜਿਹੜੀ ਆ ਸਾਡੇ ਕੋਲੋਂ ਜੇ ਟੈਂਡਰ ਪ੍ਰੋਸੈਸ ਆ ਜਿਹਦੇ ਵਿੱਚ ਸਾਨੂੰ ਫਿਰ ਕਈ ਚੀਜ਼ਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਹੈਗੀਆਂ ਨੇ, ਸੋ ਉਹਨਾਂ ਨੂੰ ਧਿਆਨ 'ਚ ਰੱਖਦਿਆਂ ਹੋਇਆ ਅਸੀਂ ਜਿਹੜਾ ਹੁਣ ਕਰਨ ਜਾ ਰਹੇ ਹਾਂ ਦੁਬਾਰਾ ਉਹਦਾ ਪ੍ਰੋਸੈਸ ਇਲੈਕਸ਼ਨ ਕੋਰਟ ਤੋਂ ਬਾਅਦ। ਸੋ ਲੱਗਦਾ ਕਿ ਜਨਤਾ ਨੂੰ ਵੀ ਇਟਸ ਨੋਟ ਆ ਮਤਲਬ ਵਰੀਡ ਵਾਲਾ ਕੁਛ ਨਹੀਂ ਹੈਗਾ, ਇਹ ਕਰ ਲਿਆ ਜਾਏਗਾ। ਕਾਰਪੋਰੇਸ਼ਨ ਪਹਿਲਾਂ ਵੀ ਕਰਦੀ ਰਹੀ ਹੈ ਅਤੇ ਕਾਰਪੋਰੇਸ਼ਨ ਹੁਣ ਵੀ ਕਰ ਲਏਗੀ। ਮੇਰੀ ਸਾਰਿਆਂ ਨੂੰ ਰਿਕੁਐਸਟ ਹੈਗੀ ਹੈ ਕਿ ਅਸੀਂ ਸਾਰੇ ਸ਼ਹਿਰ ਦੇ ਨਿਵਾਸੀ ਹੈਗੇ ਹਾਂ ਅਤੇ ਅਸੀਂ ਆਪਣੇ ਸ਼ਹਿਰ ਨੂੰ ਸਾਫ਼ ਰੱਖਣ 'ਚ, ਸੁੰਦਰ ਰੱਖਣ ਵਿੱਚ ਕਾਰਪੋਰੇਸ਼ਨ ਦੀ ਹੈਲਪ ਕਰੀਏ। We at GNA University see potential in everyone and everything around us. We drive innovation and entrepreneurship. We groom competent global citizens to effect positive change around them.